ਕਿੱਦਾਂ ਵਧੀਆ ਸਾਰੇ ਟੋਪੀ ਸੈੱਟ ਕਰ ਲਈ ਇੱਦਾਂ ਸਿਗਰਟ ਪੀਣ ਨੂੰ ਨਹੀਂ ਰੱਖਿਆ ਚਾਹ ਧਰਨ ਲੱਗਿਆ ਠੀਕ ਠਾਕ ਹੋ ਵਧੀਆ ਸਾਰੇ ਮਿੱਤਰੋ ਠੰਡ ਬਹੁਤ ਜ਼ਿਆਦਾ ਮਾਈਨਸ 25 ਦਾ ਟੈਂਪਰੇਚਰ ਚੱਲ ਰਿਹਾ ਸਿਰਾ ਹੋਇਆ ਪਿਆ ਸਵੇਰਾ ਲੋਡ ਚੱਕਣ ਲੱਗੇ ਆਪਾਂ ਆਈਡਾਹੋ ਤੋਂ ਅਤੇ ਜਾਣਾ ਆਪਾਂ ਨੇ ਵਾਸ਼ਿੰਗਟਨ ਸੈਟਲ ਆ ਆਪਣਾ ਆਹੀ ਰੂਟ ਹੁੰਦਾ ਨੇੜੇ ਤੇੜੇ ਇੱਥੇ ਫਿਰਦੇ ਹੁੰਦੇ ਹਾਂ ਵੈਸੇ ਗਾਹਾਂ ਰੂਟ ਆਪਾਂ ਕੱਢਣਾ ਜਰਸੀ ਵੱਲ ਨੂੰ ਜਾਂ ਫਿਰ ਜਾਵਾਂਗੇ ਫਲੋਰੀਡਾ ਵੱਲ ਨੂੰ ਅਤੇ ਹੁਣ ਲੱਗਿਆ ਚਾਹ ਧਰਨ ਠੰਡ ਬਹੁਤ ਆ ਜਿਹੜਾ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਫੋਲੋ ਨਹੀਂ ਕੀਤਾ ਇੰਸਟਾਗ੍ਰਾਮ 'ਤੇ ਆਪਾਂ ਨੂੰ ਫੋਲੋ ਕਰ ਲਓ ਚਾਹ ਦੇ ਵਿੱਚ ਹਜੇ ਆਪਾਂ ਨੇ ਸਮਾਨ ਪਾਇਆ ਹੀ ਆ ਉੱਧਰ ਪਤੰਦਰਾਂ ਨੇ ਕੰਮ ਖਿੱਚ ਵੀ ਦਿੱਤਾ ਮੈਨੂੰ ਲੱਗਦਾ ਇਹਨਾਂ ਨੇ ਚਾਹ ਵੀ ਨਹੀਂ ਬਣਨ ਦੇਣੀ ਆਪਣੀ ਬਾਹਰੇ ਦੇਖੋ ਤੁਸੀਂ ਆਹ ਹੁਣ ਮੇਰੇ ਖੜੇ ਖੜੇ ਹੀ ਆਹ ਕੰਮ ਹੋ ਗਿਆ ਪਰ ਕੋਈ ਚੱਕਰ ਨਹੀਂ ਦਬਣਾ ਨਹੀਂ ਜੱਟਾ ਚੱਕ ਦਿਆਂਗੇ ਕੰਮ ਸਾਰੇ ਸਵੇਰੇ ਉੱਠ ਕੇ ਚੰਗੀਆਂ ਚੰਗੀਆਂ ਚੀਜ਼ਾਂ ਆਉਂਦੇ ਨੇ ਮੈਨੂੰ ਆ ਤਾਂ ਮੈਂ ਸਵੇਰੇ ਉੱਠ ਕੇ ਲਈ ਖਾਣੇ ਹੀ ਖਾਣੇ ਆ ਐਵੇਂ ਨਹੀਂ ਮਾੜੀਆਂ ਚੀਜ਼ਾਂ ਹੀ ਖਾਂਦੇ ਹਾਂ ਵਧੀਆ ਚੀਜ਼ਾਂ ਵੀ ਖਾਂਦੇ ਹਾਂ ਪਰ ਜਿਹੜਾ ਆਹ ਇਹ ਵੀ ਜ਼ਰੂਰੀ ਆ ਆਹ ਜਿਹੜਾ ਵੱਡਾ ਪੈਕ ਹੁੰਦਾ ਜਿਹੜਾ ਇਹ ਪਾਰਟੀ ਸਾਈਜ਼ ਇਹ ਯਾਨੀ ਕਿ ਮੇਰਾ ਕੱਢ ਦਿੰਦਾ 10-12 ਦਿਨ ਇਹ ਮੈਨੂੰ ਤਾਂ ਨਹੀਂ ਕਹਿਣਾ ਆਇਆ ਕੁਛ ਨਹੀਂ ਆਇਆ ਆਪਣੀ ਚਾਹ ਵੀ ਉੱਬਲ ਗਈ ਚਾਹ ਬਣ ਗਈ ਆਪਣੀ ਅਤੇ ਉੱਧਰੋਂ ਉਹਨਾਂ ਦਾ ਫੋਨ ਵੀ ਆ ਗਿਆ ਚਾਹ ਬਣਦੇ ਬਣਦੇ ਉਹਨਾਂ ਨੇ ਲੋਡ ਕਰਤਾ ਆਪਾਂ ਨੂੰ ਕਿਤੇ ਕਿਤੇ ਤਾਂ ਉਹਦਾ ਕਹਿਣਾ ਐਂ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨੇ ਕੁ ਦਿਨ ਹੋ ਗਿਆ ਇਹਨੂੰ ਲੋਡ ਕੀਤਾ ਹੀ ਨਹੀਂ ਪਰ ਸਿਰਾ ਚਾਹ ਬਣਦੇ ਬਣਦੇ ਆਪਾਂ ਕੱਪੜੇ ਵੀ ਚੇਂਜ ਕਰ ਲਏ ਕਿਉਂਕਿ ਉਹਨਾਂ ਦੀ ਥੋੜ੍ਹੀ ਠੰਡ ਲੱਗਦੀ ਸੀ ਹੁਣ ਪਤਾ ਆਪਾਂ ਨੂੰ ਤੇਲ ਵੀ ਲੈਣਾ ਬਾਹਰ ਵੀ ਨਿਕਲਣਾ ਲੋੜ ਲੋਕਾਂ ਵੀ ਚੱਕਣੀਆਂ ਲੱਲਾ ਬਾਬਾ ਬਹੁਤ ਕੁਛ ਕਰਨਾ ਡੋਰਾਂ ਬੰਦ ਕਰਨੀਆਂ ਨੇ ਅਤੇ ਹੁਣ ਇੱਕ ਕੰਮ ਰਹਿ ਗਿਆ ਬੰਕ 'ਚ ਆਪਣੇ ਬੂਟ ਪਿਆ ਵੈਸੇ ਤਾਂ ਮੋਸਟਲੀ ਬੂਟ ਉਹੀ ਪਾਈਦੇ ਆ ਜਿਹੜੇ ਟਰੱਕ 'ਚ ਲਾਉਂਦੇ ਆ ਪਰ ਆਪਾਂ ਦੂਏ ਬੂਟ ਪਾ ਲੈਂਦੇ ਨੇ ਕਿਉਂਕਿ ਹਜੇ ਉਹਨੇ ਆਪਾਂ ਸਮਝਦਾਰ ਹੈ ਨਹੀਂ ਤਾਂ ਕਰਕੇ ਹੁਣ ਉਹ ਬੂਟ ਕੱਢਾਂਗੇ ਕਿਉਂਕਿ ਆਹ ਬੂਟ ਜਦੋਂ ਹੁਣ ਮੈਂ ਡੋਰਾਂ ਖੋਲ੍ਹਣ ਗਿਆ ਸੀ ਇਹ ਬੂਟ ਬਹੁਤ ਸਲਿੱਪ ਕਰ ਰਹੇ ਸੀ ਤਾਂ ਕਰਕੇ ਹੁਣ ਉਹ ਦੂਏ ਬੂਟ ਕੱਢੂੰਗਾ ਪਹਿਲਾਂ ਅਤੇ ਫਿਰ ਉਹ ਬੂਟ ਪਾਵਾਂਗੇ ਆਪਾਂ ਉਹ ਨਾਲ ਦਾ ਅੰਕਲ ਹੱਸ ਰਿਹਾ ਵੀ ਇਹ ਕੀ ਲੱਗਿਆ ਵਿਆ ਵੀਡੀਓ ਜੀ ਬਣਾ ਕਿੱਦਾਂ ਅੰਕਲ ਵਧੀਆ ਚਾਹ ਪੀ ਲਓ ਅੰਕਲ ਦੇਖੇ ਨਹੀਂ ਹੈਗਾ ਮੈਂ ਐਵੇਂ ਕਹਿਦਾ ਮੈਂ ਚਾਹ ਪੀ ਲਓ ਚਲੋ ਅੰਕਲ ਨੇ ਨਹੀਂ ਦੇਖਿਆ ਓਹੋ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਧੋਵਾਂਗੇ ਚਾਹ ਪੱਤੀ ਨੂੰ ਗਾਰਵੇਜ ਕਰਾਂਗੇ ਅਤੇ ਉਹਨੂੰ ਪਾਣੀ ਮਾਰ ਕੇ ਕੱਪੜਾ ਮਾਰ ਕੇ ਉਹਨੂੰ ਧੋ ਕੇ ਰੱਖਾਂਗੇ ਕਿਉਂਕਿ ਜਦੋਂ ਨੈਕਸਟ ਟਾਈਮ ਇਹੀ ਹਿੰਮਤ ਨਹੀਂ ਪੈਂਦੀ ਕਈ ਵਾਰ ਵੀ ਆਪਾਂ ਨੇ ਪਹਿਲਾਂ ਭਾਂਡਾ ਧੋਣਾ ਫਿਰ ਚਾਹ ਧਰਨੀ ਹੁਣ ਧੋਤਾ ਪਿਆ ਹੁੰਦਾ ਸਾਰਾ ਕੁਛ ਰੈਡੀ ਹੁੰਦਾ ਮਿੰਟ ਲੱਗਦਾ ਚਾਹ ਬਣਾਉਣ ਨੂੰ ਚਲੋ ਹੁਣ ਇਹਨੂੰ ਨਿਬੇੜੀਏ ਅਤੇ ਅੰਦਰੋਂ ਪੇਪਰ ਲੈ ਕੇ ਆਵਾਂ ਫੜ ਕੇ ਮੈਂ ਜਿਹੜੀ ਇਹ ਸਕੇਲ ਆ ਨਾ ਇਹ ਸਕੇਲ 1-1 ਐਕਸਲ ਦੀ ਹੁੰਦੀ ਆ ਤੁਹਾਨੂੰ ਜਿੱਦਾਂ ਕਿ ਪਹਿਲਾਂ ਆਪਾਂ ਨੇ ਪਹਿਲੇ ਟਾਇਰ ਚਾੜਨੇ ਆ ਉਸ ਤੋਂ ਬਾਅਦ ਫਿਰ ਦੂਜੇ ਟਾਇਰ ਚਾੜਨੇ ਆ ਫਿਰ ਸਾਰੇ ਫਿਰ ਉਹਨਾਂ 'ਚੋਂ ਆਪਾਂ ਨੇ ਘਟਾ ਲੈਣੇ ਆ ਪਹਿਲਾਂ ਪਹਿਲਾਂ ਕੱਢ ਲੈਣੇ ਆ ਫਿਰ ਦੂਏ ਕੱਢ ਲੈਣੇ ਆ ਸਾਰੇ ਐਕਸਲਾਂ ਦਾ ਵੇਟ ਹੋ ਜੂਗਾ ਇਹ ਜਿੱਦਾਂ ਕਿ ਆਹ ਚੜ੍ਹ ਕੇ ਪਹਿਲੇ ਇੱਦਾਂ ਬਾਏ ਬਨ ਸਾਰੇ ਚਾੜ ਕੇ ਲਿਖ ਲੈਂਦੇ ਹਾਂ 11900 ਹੋ ਗਿਆ
ਬਾਈ 620 ਏ ਆਪਾਂ ਲਿਖ ਲਾਂਗੇ ਹੁਣ ਮੈਂ ਲਿਖਣਾ ਅਤੇ ਇਹਨੂੰ ਮੈਂ ਨੀਚੇ ਰੱਖਦਾ ਲਓ ਵੀ ਸਨੋਹ ਪੈਣ ਲੱਗ ਗਈ ਆਪਣੇ ਏ ਐਕਸਲਾਂ ਦੇ ਵੇਟ ਜ਼ਿਆਦਾ ਹੁਣ ਆਪਾਂ ਇਹਦੀ ਪਿੰਨ ਖਿੱਚਾਂਗੇ ਆ ਚੱਲ ਗਿਆ ਅੰਦਰ ਹੁਣ ਆਪਾਂ ਦੂਏ ਪਾਸੇ ਵੀ ਦੇਖ ਕੇ ਆਵਾਂਗੇ ਕਿਉਂਕਿ ਸਨੋਹ ਪਈ ਹੋਈ ਆ ਟਰੱਕ ਟਾਇਰ ਸਲਿੱਪ ਮਾਰ ਕੇ ਕੰਮ ਖਰਾਬ ਹੋ ਜਾਣਾ ਸਨੋਹ ਹੋ ਗਈ ਸਟਾਰਟ ਅਤੇ ਇੱਧਰੋਂ ਵੀ ਅੰਦਰ ਚੱਲ ਗਿਆ ਹੈ ਨਾ ਨਾ ਦੇਖੋ ਇੱਧਰੋਂ ਵੀ ਅੰਦਰ ਚੱਲ ਗਿਆ ਹੁਣ ਇਹ ਪਿੰਨ ਪਿਆ ਵਿਆ ਪਹਿਲੇ 'ਚ ਆਪਾਂ ਪਾਉਣਾ 1 2 3 4 ਚੌਥੇ 'ਚ ਪਾਉਣਾ ਉਹਦੇ ਲਵੇ ਪਾਉਣਾ ਆਪਾਂ ਨੇ ਆ ਜਾਓ ਫਿਰ ਵੇਟ ਕਰਾਂਗੇ ਮੂਹਰੇ 32,000 ਆ ਮਗਰ 35,000 ਕੁਛ ਵੇਟ ਆ ਉਹਨੂੰ ਸਹੀ ਕਰਾਂਗੇ ਹੁਣ ਆਪਾਂ ਹੋ 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 ਆ ਜਾਓ ਆ ਦੇਖੋ ਕਈ ਵਾਰ ਇਹ ਪਹਿਲੀ ਵਾਰ 'ਚ ਲੋਟ ਨਹੀਂ ਆਉਂਦਾ ਕਾਫੀ ਟਾਈਮ ਲੱਗ ਜਾਂਦਾ ਹੁਣ ਪਹਿਲੀ ਵਾਰ 'ਚ ਜਿੱਥੇ ਆਪਾਂ ਸੋਚਿਆ ਸੀ ਉੱਥੇ ਆ ਗਿਆ ਹੁਣ ਆਪਾਂ ਇਹਦੀ ਪਿੰਨ ਕੱਢਾਂਗੇ ਅਤੇ ਇਹਨੇ ਬਾਹਰ ਆ ਜਾਣਾ ਫਿਰ ਵੇਟ ਕਰਾਵਾਂਗੇ ਦੁਬਾਰਾ 'ਤੇ ਵੇਟ ਕਰਦੇ ਹਾਂ ਫਿਰ ਦੇਖਦੇ ਹਾਂ ਵੀ ਕੀ ਬਣਦਾ ਆਪਾਂ ਇੱਥੋਂ ਵੀ ਕਿੱਲੀ ਅੰਦਰ ਪਾ ਸਕਦੇ ਹੁੰਦੇ ਹਾਂ ਹੁਣ ਉਹਨੇ ਨਾਲ ਲੱਗ ਗਈ ਆ ਗਈ ਜਾਂ ਹੁਣ ਆਪਾਂ ਨੇ ਅੱਗੇ ਨੂੰ ਤੋਰਨਾ ਇਹਨੇ ਵਿੱਚ ਨਿਕਲ ਆਉਣਾ ਇੱਦਾਂ ਵੇਟ ਮੂਵ ਹੁੰਦਾ ਟਰੱਕ ਦਾ ਉਹ ਟਾਕੀ ਖੁੱਲ੍ਹੀ ਰਹਿ ਗਈ ਉਹ ਉਹ ਆ ਗਈ ਪਿੰਨ ਬਾਰੇ ਰਾਈਟ ਉਹ ਆ ਗਈ ਬਾਹਰ ਅਤੇ ਹੁਣ ਆਪਾਂ ਵੇਟ ਕਰਨਾ ਹੁਣ ਨਹੀਂ ਬਾਹਰ ਨਿਕਲਣਾ ਹੈਗਾ ਕੱਪੜੇ ਸਾਰੇ ਗਿੱਲੇ ਹੋ ਜਾਂਦੇ ਆ ਬਾਅਦ 'ਚ ਬੰਦਾ ਤੰਗ ਹੁੰਦਾ ਮੈਂ ਸਟੈਂਡ 'ਤੇ ਲੱਗ ਗਿਆ ਇਹ ਆਪਾਂ ਲੈ ਕੇ ਚੱਲਿਆ ਫਰਾਈਆਂ ਉਹ ਤੀਰੀ ਇਹਨੇ ਹੁਣ ਸਾਰਾ ਅੰਦਰ ਹੋ ਜਾਣਾ ਚਲੋ ਹੁਣ ਆ ਗਿੱਲਾ ਹੋ ਗਿਆ ਸਾਰਾ ਇਹਨੂੰ ਸਾਫ਼ ਕਰਦੇ ਹਾਂ ਪਹਿਲਾਂ ਵੇਟ ਕਰਾ ਕੇ ਡਨ ਕਰ ਦਈਏ ਫਿਰ ਨਿਕਲੀਏ ਕਿਉਂਕਿ ਸਨੋਹ 'ਚੋਂ ਨਿਕਲਿਆ ਜਾਵੇ ਚੰਗੀ ਗੱਲ ਆ ਟਾਈਮ ਨਾਲ ਫਿਊਲ ਹੋ ਗਿਆ ਆਪਣਾ ਘੱਟ ਅਤੇ ਮੀਲਾਂ ਰਹਿ ਗਈਆਂ ਆਪਣੀਆਂ 55 ਜਿੱਥੋਂ ਆਪਾਂ ਨੇ ਲੈਣਾ ਤੇਲ ਦੇਖੋ ਫਿਰ ਹੁਣ ਸਾਰਾ ਏਰੀਆ ਵੀ ਇਹ ਪਹਾੜੀ ਵਾਲਾ ਹੀ ਆ ਚੱਲ ਜਾਣਾ ਵੈਸੇ ਕੋਈ ਬਿੱਗ ਡੀਲ ਨਹੀਂ ਹੈਗੀ ਇੰਨਾ ਕੁ ਤਾਂ ਲੈ ਹੀ ਜਾਈਦੀ ਆ ਇੰਨਾ ਕੁ ਪਤਾ ਵੀ ਕਿੰਨੇ ਕੁ ਦਿਨ ਕੱਢੂਗਾ ਇਹ ਦਿਨ ਦੀ ਸੋਚੋ ਕਿੰਨੀਆਂ ਕੁ ਮੀਲਾਂ ਕੱਢੂਗਾ ਇਹ ਲਓ ਵੀ ਆਪਾਂ ਵੈਦਰ ਐਪ ਦੇਖਿਆ ਅਤੇ ਮੀਂਹ ਆ ਜਿੱਥੇ ਤੱਕ ਆਪਾਂ ਜਾਣਾ ਅਤੇ ਜੇ ਆਪਾਂ ਇਸ ਤੋਂ ਅੱਗੇ ਜਾਂਦੇ ਹਾਂ ਤਾਂ ਆਪਾਂ ਨੂੰ ਸਨੋਹ ਟੱਕਰਨੀ ਆ ਆਹ ਦੇਖੋ ਮੀਂਹ ਆ ਗਿਆ ਸੋ ਹੁਣ ਆਪਾਂ ਤੇਲ ਵੀ ਲੈਣਾ ਅਤੇ ਮੀਲਾਂ ਰਹੀਆਂ 5 ਉੱਧਰੋਂ ਮੀਂਹ ਵੀ ਆ ਗਿਆ ਅਤੇ ਇੱਥੋਂ 15-20 ਮੀਲਾਂ 'ਤੇ ਉਦੋਂ ਬਾਅਦ ਆਪਾਂ ਨੂੰ ਸਨੋਹ ਟੱਕਰਨੀ ਆ ਸੋ ਆਪਾਂ ਅੱਗੇ ਨਹੀਂ ਜਾਣਾ ਸਨੋਹ 'ਚ ਮੱਥਾ ਆਪਾਂ ਨਹੀਂ ਮਾਰਨਾ ਕਿਉਂਕਿ ਆਪਣੇ ਕੋਲ ਟਾਈਮ ਹੈਗਾ ਹਜੇ 2 ਦਿਨ ਦਾ ਜਿਹੜਾ ਆਹ ਹਰਾ ਹਰਾ ਜਿਹਾ ਦੇਖ ਰਹੇ ਹੋ ਤੁਸੀਂ ਇਹ ਤਾਂ ਹੈਗਾ ਮੀਂਹ ਅਤੇ ਜਿਹੜਾ ਨੀਲਾ ਨੀਲਾ ਆ ਰਿਹਾ ਜਿਹੜਾ ਲਾਈਟ ਨੀਲਾ ਉਹ ਜਾਣੀ ਕਿ ਘੱਟ ਸਨੋਹ ਦੇ ਵਿੱਚ ਜਿਵੇਂ ਪਾਣੀ ਜਿਹਾ ਗਿਰਦਾ ਹੁੰਦਾ ਉਹ ਹੋਣਾ ਜਿਹੜੀ ਇਹ ਡਾਰਕ ਆ ਜਾਂਦੀ ਆ ਕਾਲਾ ਕਾਲਾ ਜਾਂ ਨੀਲਾ ਰੰਗ ਆ ਜਾਂਦਾ ਇਹ ਮਤਲਬ ਫੁੱਲ ਸਨੋਹ ਪੈਣੀ ਆ ਤਾਂ ਕਰਕੇ ਆਪਣੇ ਕੋਲ ਟਾਈਮ ਕਾਫ਼ੀ ਆ ਜੇ ਤਾਂ ਟਾਈਮ ਘੱਟ ਹੁੰਦਾ ਫਿਰ ਤਾਂ ਆਪਾਂ ਨਿਕਲਦੇ ਸਨੋਹ ਦੇ ਵਿੱਚ ਪਰ ਹੁਣ ਆਪਾਂ ਨੇ ਲਾ ਕੇ ਪੰਪ ਦੇ ਅਤੇ ਸੌ ਜਾਣਾ ਪਰ ਪਹਿਲਾਂ ਆਪਾਂ ਤੇਲ ਲਵਾਂਗੇ ਚੱਲ ਵੀ ਸੋਹਣਿਆ ਠੀਕ ਆ ਫਿਰ ਮਿਲਾਂਗੇ ਅਗਲੀ ਵਾਰ ਬਾਏ 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 ਲਓ ਵੀ ਮਿੱਤਰੋ ਵੱਧ ਗਿਆ ਕੰਮ ਟੈਂਪਰੇਚਰ ਮਾਈਨਸ 'ਚ ਵੱਗ ਗਿਆ ਅਤੇ ਸਨੋਹ ਦਾ ਪੂਰਾ ਜ਼ੋਰ ਆ ਇੱਥੇ ਥੋੜ੍ਹੀ ਆਰਾਮ ਮਿਲਿਆ ਕੰਮ ਵਧਿਆ ਪਿਆ ਸਨੋਹ ਦਾ ਪੂਰਾ
ਹੁੰਦੇ ਨੇ ਜਿਵੇਂ ਲਦਾਖ ਨੂੰ ਜਾਂਦੇ ਹੁੰਦੇ ਨੇ ਫੌਜੀਆਂ ਦੀਆਂ ਗੱਡੀਆਂ ਫੋਰ ਵੇ ਫਲੈਸ਼ਰ ਮਾਰਦੀਆਂ ਉਹ ਤੱਕ ਲੈਣ ਲੱਗੀ ਵੀ ਆ। ਹੁਣ ਤਾਂ ਸਨੋਹ ਬੰਦ ਹੋ ਗਈ ਪਰ ਥੱਲੇ ਪੂਰਾ ਕਸਮ ਘੱਟਾ ਪਿਆ ਬਣਿਆ ਪਿਆ। ਇੱਦਾਂ ਬਣਦੇ ਆ ਕਹਿੰਦੇ ਆਈਫੋਨ ਮਿੱਤਰੋ ਆ ਲੱਗੇ ਹੋਇਆ ਆਈਫੋਨ ਡਾਲਰ ਸਾਰਾ ਕੁਛ ਆ ਲੱਗਿਆ ਹੋਇਆ ਜੋਰਡਨ ਵਰਸਾਚੇ ਲੂਈਟੋਨ ਗੂਚੀ ਆ ਚੱਲ ਰਿਹਾ ਸਾਰਾ ਕੁਛ। ਦੀਂਦੀਆਂ ਸੜਕ ਨੀਚੇ ਲੋਬੀ ਟਰੱਕ ਕਰਤਾ ਪਾਰਕ ਸਨੋਹ ਦੇ ਵਿੱਚ। ਵੈਸੇ ਪਾਰਕਿੰਗ ਨਹੀਂ ਹੈਗੀ ਇਹ ਉਹ ਸੜਕ ਤੋਂ ਨਿਕਲਣ ਸਾਰੇ ਲਵ ਦੇ ਅੰਦਰ ਐਂਟਰ ਹੁੰਦੇ ਹਾਂ ਉੱਥੇ ਹੀ ਲਾਤਾ ਆਪਾਂ ਨੇ। ਸਨੋਹ ਦੇ ਵਿੱਚ ਸਾਰਾ ਕੁਛ ਮਾਫ ਆ ਕਿਉਂਕਿ ਸਾਰਾ ਕੁਛ ਭਰਿਆ ਪਿਆ ਸਾਰੇ ਟਰੱਕ ਸਹੀ ਨਹੀਂ ਇੱਥੇ ਖੜਾ ਨਹੀਂ ਸਕਦੇ ਫਿਰ ਵੀ ਖੜੇ ਆ ਕਿਉਂ ਕਿਉਂਕਿ ਸਨੋਹ ਆ ਸਨੋਹ 'ਚ ਸਾਰਾ ਕੁਛ ਮਾਫ ਹੁੰਦਾ ਤਾਂ ਕਰਕੇ ਕੋਈ ਚੱਕਰ ਨਹੀਂ ਹੈਗਾ। ਭਰ ਗਿਆ ਝੂਟਾ ਸਵੇਰੇ ਇੱਥੋਂ ਥੋੜ੍ਹਾ ਔਖਾ ਤੁਰੂਗਾ ਪਰ ਤੁਰ ਪੂਗਾ ਬਟ ਚਲੋ ਦੇਖਾਂਗੇ ਸਵੇਰੇ ਕੀ ਬਣਦਾ ਸਵੇਰ ਦੀ ਸਵੇਰ ਨਾਲ ਸਵੇਰੇ ਤਾਂ ਔਖਾ ਤੁਰੂਗਾ ਕਿਉਂਕਿ ਇਹਨੇ ਥੱਲੇ ਬਹਿ ਜਾਣਾ ਫਿਰ ਸਵੇਰੇ ਤੁਰਨਾ ਇਹਨੇ ਔਖਾ ਇਹਨੇ ਹਰੇਕ ਵੱਟ ਬਣ ਜਾਣੀ ਆ ਟਾਇਰਾਂ ਦੇ ਮੂਹਰੇ ਜਿੱਥੇ ਖੜਾ ਟਾਇਰ ਉਹਨੇ ਥੱਲੇ ਬਹਿ ਜਾਣਾ ਉਹਦੇ ਮੂਹਰੇ ਵੱਟ ਬਣ ਜਾਣੀ ਆ। ਕੋਈ ਨਹੀਂ ਸਵੇਰੇ ਦਾ ਸਵੇਰੇ ਦੇਖਾਂਗੇ ਪੱਟ ਲਾਂਗੇ ਕੋਈ ਚੱਕਰ ਨਹੀਂ ਕਿਉਂਕਿ ਫੁੱਲੀ ਲੋਡਡ ਆਪਣੇ ਕੋਲ। ਲਓ ਵੀ ਮਿੱਤਰੋ ਬ੍ਰੇਕਾਂ ਖਿੱਚਤੀਆਂ ਆਪਾਂ ਨੇ ਕਿਉਂਕਿ ਇਹਨਾਂ ਨੇ ਰੋਡ ਸਾਫ਼ ਨਹੀਂ ਕੀਤਾ ਸੀ ਰੋਡ ਬਹੁਤ ਖਰਾਬ ਸੀ ਅਤੇ ਉੱਪਰੋਂ ਸਨੋਹ ਪੈਂਦੀ ਸੀ ਅਤੇ ਸ਼ੀਸ਼ੇ ਤੋਂ ਵੀ ਵਾਈਪਰਾਂ 'ਤੇ ਬਰਫ਼ ਜੰਮ ਰਹੀ ਸੀ ਬਹੁਤ ਜ਼ਿਆਦਾ। ਫਾਇਦਾ ਰੁਕਣ 'ਚ ਸੀ ਆਪਣਾ 200 ਮੀਲਾਂ ਰਹਿ ਗਈਆਂ ਆਪਣੀਆਂ ਆਪਾਂ ਕੱਲ੍ਹ ਕੱਢ ਦਾਂਗੇ ਦਿਨ 'ਚ ਉਹ ਦਿਨ 'ਚ ਫਿਰ ਵੀ ਸੇਫ ਹੁੰਦਾ ਟਰੱਕ ਚਲਾਉਣਾ। ਅਤੇ ਹੁਣ ਆਪਾਂ ਉੱਥੋਂ ਬਿਰਿਆਨੀ ਲਈ ਸੀ ਜਿੱਥੋਂ ਆਪਾਂ ਤੇਲ ਪਵਾਇਆ ਸੀ ਅਤੇ ਉੱਥੇ ਨਾਲੇ ਇੰਡੀਅਨ ਰੈਸਟੋਰੈਂਟ ਸੀ ਇੰਡੀਅਨ ਕੁਸੀਨ ਸਮਥਿੰਗ ਇੱਦਾਂ ਦਾ ਕੋਈ ਨਾਂ ਸੀ ਉਹਦਾ ਉੱਥੋਂ ਲਈ ਆਪਾਂ ਬਿਰਿਆਨੀ ਅਤੇ ਰੋਟੀ ਰੋਟੀ ਹੁਣ ਆਪਾਂ ਰਾਤ ਨੂੰ ਖਾਣੀ ਨਹੀਂ ਇਕੱਲੇ ਆ ਖਾਣਿਆ ਦੁੱਧ ਪੀਣਾ ਅਤੇ ਸੌਣਾ ਸਵੇਰੇ ਉੱਠ ਕੇ ਦੇਖਾਂਗੇ। ਜਿੱਥੇ ਆਪਾਂ ਟਰੱਕ ਲਾਇਆ ਨਾ ਇਹ ਕੋਈ ਪਾਰਕਿੰਗ ਨਹੀਂ ਹੈਗੀ ਜਿੱਥੋਂ ਐਂਟਰੈਂਸ ਹੁੰਦੀ ਆ ਉੱਥੇ ਲਾ ਤਾ ਮੇ ਵੀ ਜਦ ਨੂੰ ਹੁਣ ਮੈਂ ਸਵੇਰੇ ਉੱਠੂੰਗਾ ਸਾਰੇ ਟਰੱਕਾਂ ਨੇ ਚੱਲ ਜਾਣਾ ਇਹ ਗੱਬੇ ਖੜਾ ਹੋਊਗਾ ਇੱਦਾਂ ਲੱਗਦਾ ਹੋਊਗਾ ਕੋਈ ਪਾਗਲ ਜਾਂ ਕੋਈ ਜਿੱਦਾਂ ਆਪਾਂ ਕਹਿੰਦੇ ਦਾਰੂ ਪੀਣ ਵਾਲਾ ਬੰਦਾ ਗੱਬੇ ਹੀ ਲਾ ਜਾਂਦਾ ਨਾ ਉਹ ਕੰਮ ਲੱਗਣਾ ਸਵੇਰੇ ਜਦੋਂ ਇਕੱਲੇ ਹੀ ਖੜਾ। ਚਲੋ ਇਹ ਟਾਈਮ ਇੱਦਾਂ ਦਾ ਸਨੋਹ ਆ ਸਾਰੇ ਕਿਤੇ ਮੈਂ ਸਾਈਡ 'ਤੇ ਲਵੇ ਲਾਉਣ ਦੀ ਟਰਾਈ ਕੀਤੀ ਜਦੋਂ ਮੈਂ ਆਈ ਹਾਂ ਟਰੱਕ ਗਿਆ ਹੀ ਨਹੀਂ ਉੱਥੇ ਸਲਿੱਪ ਲੱਗ ਗਿਆ ਮਾਰਨ ਮੈਂ ਕਿਤੇ ਫਸੇ ਨਾ ਜਾਵੇ ਮੁੜ ਕੇ ਮੁੜਨਾ ਵੀ ਨਹੀਂ ਹੈਗਾ ਜੇ ਟੇਢਾ ਹੋ ਜਾਵੇ ਮੁੜ ਕੇ ਹਿੱਲਦਾ ਨਹੀਂ ਹੈਗਾ ਸਲਿੱਪ ਕੱਢੀ ਜਾਂਦਾ ਤਾਂ ਕੋਈ ਨਹੀਂ ਜੇ ਪਹਿਲਾਂ ਆਪਾਂ ਉੱਠ ਖੜੇ ਅਤੇ ਆਪਾਂ ਸਾਈਡ 'ਤੇ ਲਿਆ ਕੇ ਲਾ ਲਾਂਗੇ ਅਤੇ ਹੋਰ ਜੇ ਵਾਸ਼ਰੂਮ ਵਗੈਰਾ ਕਰਨ ਉੱਥੇ ਲੱਗਿਆ ਵੀ ਹਾਂ ਪਾਰਕਿੰਗ ਖਾਲੀ ਹੋਊਗੀ ਜੇ ਨਹੀਂ ਹੋਈ ਤਾਂ ਫਿਰ ਇੱਥੇ ਖੜੀ ਹਾਂ। ਅਤੇ ਜਿਹੜੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕੀ ਵਧੀਆ ਲੱਗਿਆ ਕੀ ਮਾੜਾ ਲੱਗਿਆ ਕੀ ਕਰਨਾ ਚਾਹੀਦਾ ਠੀਕ ਆ। ਓਕੇ ਮਿਲਦੇ ਹਾਂ ਅਗਲੇ ਬਲੌਗ ਦੇ ਨਾਲ ਬਾਏ।